ਜਰਮਨ ਵਿੱਚ ਪੰਜਾਬ ਦੇ ਨੌਜਵਾਨ ਦੀ ਪਾਕਿਸਤਾਨੀ ਮੁੰਡਿਆਂ ਦੇ ਨਾਲ ਝਗੜੇ ਦੌਰਾਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦਾਸਪੁਰ ਦੇ ਕਸਬਾ ਦੁਰਾਂਗਲਾ ਦੇ ਨਜ਼ਦੀਕ ਪਿੰਡ ਹੁਸਨਪੁਰ ਦੇ ਨੌਜਵਾਨ ਬਲਜੀਤ ਸਿੰਘ, ਜਿਸ ਦਾ ਜਰਮਨ ਵਿੱਚ ਝਗੜੇ ਦੌਰਾਨ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਬਲਜੀਤ ਸਿੰਘ ਪਿਛਲੇ ਸਾਲ ਹੀ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ, ਪਰ ਉਸ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਉਹ ਕਦੇ ਵੀ ਵਾਪਸ ਨਹੀਂ ਪਰਤੇਗਾ। ਮ੍ਰਿਤਕ ਦੇ ਭਰਾ ਰਣਜੀਤ ਸਿੰਘ, ਜੋ ਕਿ ਆਰਮੀ 'ਚੋਂ ਰਿਟਾਇਰ ਹੈ, ਅਤੇ ਮਾਤਾ ਨੇ ਬੜੇ ਦੁੱਖ ਭਰੇ ਲਹਿਜੇ ਵਿੱਚ ਦੱਸਿਆ ਕਿ ਬਲਜੀਤ ਸਿੰਘ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰਨ ਲਈ ਜਰਮਨ ਦੇ ਬਰਲਿਨ ਸ਼ਹਿਰ ਵਿੱਚ ਗਿਆ ਸੀ ਅਤੇ ਉਹ ਇਸ ਸਮੇਂ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ। ਬੀਤੇ ਦਿਨੀ ਜਰਮਨ ਵਿੱਚ ਉਸਦੇ ਘਰ ਦੇ ਬਾਹਰ ਗਲੀ ਦੇ ਵਿੱਚ ਹੀ ਪਾਕਿਸਤਾਨੀ ਮੁੰਡਿਆਂ ਦੇ ਨਾਲ ਝਗੜਾ ਹੋ ਗਿਆ ਅਤੇ ਝਗੜੇ ਦੌਰਾਨ ਚਾਕੂ ਵੱਜਣ ਨਾਲ ਉਸਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਉਸਦੇ ਦੋਸਤਾਂ ਨੇ ਉਸਦੇ ਪਰਿਵਾਰ ਨੂੰ ਦਿੱਤੀ ਹੈ। ਬਲਜੀਤ ਦੀ ਝਗੜੇ ਦੌਰਾਨ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਬਲਜੀਤ ਸ਼ਾਦੀਸ਼ੁਦਾ ਸੀ ਅਤੇ ਉਸਦੇ ਦੋ ਬੱਚੇ ਹਨ। ਪਰਿਵਾਰ ਦੇ ਵਿੱਚ ਇੱਕ ਵੱਡਾ ਭਰਾ ਹੈ ਜੋ ਕਿ ਆਰਮੀ ਤੋਂ ਰਿਟਾਇਰ ਹੈ। ਬ੍ਰਦਰ ਜੋ ਬਲਜੀਤ ਸਿੰਘ ਜਰਮਨ ਦੇ ਵਿੱਚ ਬਰਲਿਨ ਸ਼ਹਿਰ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਸੀ, ਛੋਟੇ ਛੋਟੇ ਉਹਦੇ ਬੱਚੇ ਆ ਜੀ, ਤੇ ਉਹਦੀ ਉੱਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਵੀ ਕੀ ਗੱਲ ਹੋਈ ਆ, ਉੱਥੇ ਝਗੜਾ ਹੋਣ ਕਾਰਨ ਉਹਦੀ ਮੌਤ ਹੋ ਗਈ ਆ। ਉਹ ਕਿਰਪਾ ਕਰਕੇ ਅਸੀਂ ਦੋਨਾਂ ਸਰਕਾਰਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਬੱਚੇ ਦੀ ਡੈੱਡ ਬਾਡੀ ਨੂੰ ਛੇਤੀ ਤੋਂ ਛੇਤੀ ਭਾਰਤ ਲੈ ਕੇ ਆਇਆ ਜਾਏ, ਪੰਜਾਬ ਜਾਏ। ਨਹੀਂ, ਸਾਡੀ ਪੰਜਾਬ ਸਰਕਾਰ ਨੂੰ ਅਸੀਂ ਇੱਕ ਮੇਲ ਕੀਤੀ ਸੀ, ਉਹਦਾ ਸਾਨੂੰ ਜਵਾਬ ਆਇਆ ਸੀ ਵੀ ਉਹਨਾਂ ਨੇ ਮੇਲ ਕੀਤੀ ਆ ਵੀ ਉਹ ਕਹਿੰਦੇ ਵੀ ਡੈੱਡ ਬਾਡੀ ਭੇਜੀ ਜਾਏਗੀ। ਤੇ ਘਰ ਦਾ ਬਹੁਤ ਬੁਰੀ ਹਾਲਤ ਆ ਜੀ, ਰੋ ਰੋ ਕੇ। ਅਸੀਂ ਚਾਹੁੰਦੇ ਹਾਂ ਵੀ ਛੇਤੀ ਤੋਂ ਛੇਤੀ ਸੈਂਟਰ ਗੌਰਮੈਂਟ ਵੀ ਇਹਦੇ ਵਿੱਚ ਆਏ ਔਰ ਛੇਤੀ ਤੋਂ ਛੇਤੀ ਸਾਡਾ ਸਾਥ ਦੇ, ਡੈੱਡ ਬਾਡੀ ਨੂੰ ਵਾਪਸ ਲਿਆਂਦਾ ਜਾਏ। ਅਸੀਂ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਕਿਰਪਾ ਕਰਕੇ ਮਹਾਰਾਜ ਸਾਡੇ ਬੱਚੇ ਦੀ ਲਾਸ਼ ਜਿਹੜੀ ਆ ਜਲਦੀ ਤੋਂ ਜਲਦੀ ਭੇਜੀ ਜਾਵੇ। ਵਿਚਾਰ ਕਰਾਂਗੇ, ਸਾਡੇ ਬੱਚੇ ਦੇਖ ਨੀ ਆਉਣੇ, ਬੱਚੇ ਛੋਟੇ ਬੱਚੇ ਰੋਣੇ ਆ। ਕਿਰਪਾ ਕਰੋ ਮਹਾਰਾਜ, ਕਿਰਪਾ ਕਰੋ। ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਸਾਡੇ ਬੱਚੇ ਦੀ ਲਾਸ਼ ਜਿਹੜੀ ਜਲਦੀ ਤੋਂ ਜਲਦੀ ਭਾਰਤ ਮੰਗਾਈ ਜਾਵੇ, ਜਿਹਦੇ ਸੰਸਕਾਰ ਕਰਕੇ ਜਿਹੜਾ ਆਪਣਾ ਸਾਡਾ ਬਦਲ ਹੋਏ। ਫਿਰ ਕਰੋ, ਕਿਰਪਾ ਕਰੋ ਮਹਾਰਾਜ। ਬੇਨਤੀ ਕਰਨੀ ਆ ਮੇਰੇ ਬੱਚੇ ਦੀ ਛੇਤੀ ਤੋਂ ਛੇਤੀ ਘਰ ਪਹੁੰਚਾਓ। ਮੇਰੇ ਬੱਚਿਆਂ ਦਾ ਬਹੁਤ ਬੁਰਾ ਹਾਲ, ਨਾ ਮੇਰੇ ਤੋਂ ਕਰਦੀ ਵੇਖੀ ਜਾਂਦੀ, ਨਾ ਨਿਆਣੇ ਵੇਖੇ ਜਾਂਦੇ। ਮੇਰੀ ਦਿਆ ਸਰਕਾਰ ਅੱਗੇ ਬੇਨਤੀ, ਅਸੀਂ ਬੁੱਢੇ ਆ, ਮਾਂ ਪਿਓ ਕੀ ਕਰੀਏ। ਇਹ ਸੋਸ਼ਲ ਮੀਡੀਆ ਦੇ ਇਹ ਰਾਹੀਂ ਸਾਨੂੰ ਪਤਾ ਚੱਲ ਰਿਹਾ ਕਿ ਇਸ ਤਰੀਕ ਨੂੰ ਡੈਥ ਉਹਦੀ ਹੋਈ ਹੈ ਅਤੇ ਕਾਫੀ ਦਿਨ ਹੋ ਚੁੱਕੇ ਆ। ਅਤੇ ਭਾਰਤ ਸਰਕਾਰ ਤੋਂ ਬੇਨਤੀ, ਉਹਦੀ ਡੈੱਡ ਬੋਡੀ ਜਿਹੜੀ ਆ ਜਲਦ ਤੋਂ ਜਲਦ ਪੰਜਾਬ ਲਿਆਂਦੀ ਜਾਏ।